ਸਸ਼ੀਕਾਲ ਜੀ ਅਸੀਂ ਬੁਲਵੀ ਸਟੋਰ ਪੋਸਟੋ ਵਿੱਚ ਉੱਗਣਾ ਤੋਂ ਬੋ ਰਹੇ ਹਾਂ ਤੇ ਸਾਰਿਆਂ ਨੂੰ ਕੋਈ ਪਿਆਰ ਭਰੀ ਸਸ਼ੀਕਾਲ ਆਈ ਹੋਪ ਕਿ ਸਭ ਠੀਕ ਠਾਕ ਹੋਣਗੇ ਅਸੀਂ ਜਿਵੇਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਕੱਲ੍ਹ ਕੇ ਅੱਜ ਫੇਰ ਲਾਈਵ ਹੋਵਾਂਗੇ ਤਕਰੀਬਨ 8 ਵਜੇ ਪਰ ਵਾਈਫਾਈ ਦੇ ਕਨੈਕਸ਼ਨ ਥੋੜੇ ਪੋਰ ਹੋਣ ਕਰਕੇ ਅਸੀਂ 15 ਮਿੰਟ 20 ਮਿੰਟ ਲੇਟ ਹੈਗੇ ਆ ਤਾਂ ਫਟਾਫਟ ਜਿੰਨਾਂ ਜਣੇ ਕੋ ਸਾਡਾ ਨੋਟੀਫਿਕੇਸ਼ਨ ਪਹੁੰਚ ਗਿਆ ਵਾ ਵੀਡੀਓ ਦਾ ਤੇ ਨਾਲ ਦੀ ਨਾਲ ਸ਼ੇਅਰ ਕਰਦੇ ਰੋ ਕਿ ਬਹੁਤ ਕਸਟਮਰ ਨੇ ਕਿਉਂਕਿ ਕੱਲ ਦੀ ਜਿਹੜੀ ਵੀਡੀਓ ਅਸੀਂ ਅਪਲੋਡ ਕੀਤੀ ਸੀ 29 ਪੀਸਾਂ ਦੀ ਕਿ ਤੁਸੀਂ ਮੰਨ ਨਹੀਂ ਸਕਦੇ ਬਹੁਤ ਹੀ ਅੱਛਾ ਰਿਸਪੌਂਸ ਕਿਉਂਕਿ ਬਹੁਤ ਕਸਟਮਰ ਬਹੁਤ ਦਿਨ ਤੋਂ ਇਨਾ ਆਰਟੀਕਲਾਂ ਦੀ ਵੇਟ ਕਰ ਰਹੇ ਸੀਗੇ ਤੇ ਉਹਨਾਂ ਨੂੰ ਆਰਟੀਕਲ ਮਿਲ ਗਏ ਜੋ ਤੁਹਾਡੇ ਮਾਈਂਡ 'ਚ ਸੀ ਤੁਹਾਡੇ ਡ੍ਰੀਮ ਸੀਗਾ ਉਹ ਚੀਜ਼ਾਂ ਤੁਹਾਡੇ ਸਾਹਮਣੇ ਨੇ ਤੇ ਫਟਾਫਟ ਲਾਈਵ ਸੈਸ਼ਨ ਨੂੰ ਫਟਾਫਟ ਸ਼ੇਅਰ ਕਰ ਦਿਓ ਕਿ ਆਪਾਂ ਹਰ ਕਸਟਮਰ ਨੂੰ ਹਰ ਭੈਣ ਭਾਈ ਨੂੰ ਉਹ ਚੀਜ਼ਾਂ ਜੋ ਉਹਨਾਂ ਦੇ ਮਾਈਂਡ 'ਚ ਨੇ ਉਹ ਦਿਖਾ ਸਕੀਏ ਕਿ ਉਹਨਾਂ ਦੀ ਚੁਆਇਸ ਕਰਵਾ ਸਕੀਏ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ WhatsApp ਨੰਬਰ ਸ਼ੋਅ ਕਰ ਰਹੇ ਹਾਂ ਥੋੜਾ ਜਿਹਾ ਬਹੁਤ ਕਸਟਮਰ ਦੇ ਰਿਪਲਾਈ ਆਏ ਨੇ ਕਿ ਥੋੜਾ ਜਿਹਾ ਨੰਬਰ ਇਹ ਨੰਬਰ ਥੋੜਾ ਵਾਰ ਹੈਗੇ ਆ ਤੁਸੀਂ ਆ ਨੰਬਰ ਤੇ ਕਾਲ ਕਰ ਸਕਦੇ ਹੋ ਆ ਨੰਬਰ ਤੇ ਕਾਲ ਕਰ ਸਕਦੇ ਹੋ ਕਿਉਂਕਿ ਕੁਝ ਉਹਨਾਂ ਨੂੰ ਆਊਟਸਟੇਸ਼ਨ ਜਾਣਾ ਪਿਆ ਇਸ ਕਰਕੇ ਉਹ ਨੰਬਰ ਤੇ ਨਹੀਂ ਗੱਲ ਹੋ ਪਾਏਗੀ ਤੁਹਾਡੀ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਸਕਰੀਨਸ਼ਾਟ ਪੇਸ ਸਕਦੇ ਹੋ ਆਪਣੇ ਪੀਸਾਂ ਦੀ ਬੁਕਿੰਗ ਕਰਵਾ ਸਕਦੇ ਹੋ ਜੋ ਦੋ ਸ਼ਾਪ ਇਸ ਟਾਈਮ ਅਵੇਲੇਬਲ ਹੈਗੇ ਨੇ ਨੰਬਰ ਤਾਂ ਤੁਸੀਂ ਆਪਣੀ ਪੀਸਾਂ ਦੀ ਬੁਕਿੰਗ ਕਰਵਾਉਣ ਵਾਸਤੇ this is duty worldwide shipping awards ਕਿਤੇ ਵੀ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਚੁਆਇਸ ਕਰ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਆਪਣੀ ਪੂਰੀ ਸ਼ਾਪਿੰਗ ਕਰ ਸਕਦੇ ਹੋ ਕਿਉਂਕਿ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ 20 ਦੇ 20 ਆਰਟੀਕਲ ਇੱਕ ਨੰਬਰ ਕੈਟਾਗਰੀ ਦੇ ਹੋਣ ਵਾਲੇ ਨੇ ਜੀ ਸਭ ਤੋਂ ਪਹਿਲਾਂ ਸਟਾਰਟ ਕਰਦਾ ਮਾਂ ਜਿਹੜਾ ਤੁਹਾਨੂੰ ਕੱਲ ਅਸੀਂ ਦਿਖਾਇਆ ਸੀ ਬੋਟਲ ਗ੍ਰੀਨ ਕਲਰ ਦਾ ਪੀਸ ਦਿਖਾਇਆ ਸੀਗਾ ਉਹਦੇ ਵਿੱਚ ਅੱਜ ਦੋ ਕਲਰ ਲਾਂਚ ਕਰ ਰਹੇ ਹਾਂ ਇੱਕ ਕਰ ਰਹੇ ਹਾਂ ਡਾਰਕ ਵਾਈਨ ਕਲਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾ ਰਿਹਾ ਮਾਂ ਵਾਈਨ ਕਲਰ ਜੀ ਤੇ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਮੇਰੇ ਸਿਸਟਰਸ ਆ ਰਹੇ ਇਸ ਲਾਈਵ ਸੈਸ਼ਨ ਨੂੰ ਵਾਚ ਕਰ ਰਹੇ ਨੇ ਔਰ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਔਰ ਲਾਈਕ ਕਰਦੇ ਰਹਿਣਗੇ ਬਟੇ ਲਿਆ ਪਾਣੀ ਪਿਲਾ ਦੇ ਔਰ ਆਇਗਾ ਜੀ ਫਰੰਟ ਪੂਰੀ ਫਰੰਟ ਬੈਕ ਸੇਮ ਆ ਮੈਂ ਤੁਹਾਨੂੰ ਦੱਸਿਆ ਸੀ ਕੱਲ ਕਿ ਜਿਹੜੀ ਇਹ ਵੀਡੀਓ ਹੈਗੀ ਆ ਜਿਸ ਜੋ ਅਸੀਂ ਆਰਟੀਕਲ ਤੁਹਾਨੂੰ ਦਿਖਾ ਰਹੇ ਆ ਡਿਜ਼ਾਈਨਰ ਤਰੁੰਤ ਲਾਨੀ ਦਾ ਬ੍ਰਾਂਡ ਦਿਖਾ ਰਹੇ ਆ ਸਭ ਤੋਂ ਪਹਿਲਾਂ ਅਸੀਂ 17500 ਦੀ ਰੇਂਜ ਦੇ ਅੰਦਰ ਸੋਲਡ ਆਊਟ ਕੀਤਾ ਸੀਗਾ ਤੁਸੀਂ ਵੌਕ ਦੇਖ ਲੋ ਲੋ ਜੀ ਸਾਰਾ ਹੈਂਡ ਕੜਦਾਨੇ ਦਾ ਵਾਕਾ ਸਿਸਟਰ ਜੀ ਪਿਓਰ ਚਿਨੋਨ ਫੈਬਰਿਕ ਤੇ ਪ੍ਰੋਪਰਲੀ ਅੱਛੀ ਫਿਟਿੰਗ ਆ 42 ਟੂ ਸਾਈਜ਼ ਰੈਡੀ ਹੈਗਾ ਵਾ ਵਾਓ ਵੈਰੀ ਨਾਈਸ ਬਹੁਤ ਅੱਛਾ ਡਿਮਾਂਡ ਸੀ ਬਟ ਪਿੱਛੇ ਪ੍ਰੋਡਕਸ਼ਨ ਕੱਟ ਹੋਣ ਦੇ ਕਾਰਨ ਸਾਰਿਆਂ ਨੂੰ ਕੱਲ ਨਾ ਦਾ ਹੀ ਦੇਖਣਾ ਪਿਆ ਸਾਰਿਆਂ ਨੂੰ ਨਾ ਕਰਨੀ ਪਈ ਕਿਉਂਕਿ ਜੀ ਸਾਹਿਬ ਫਸਟ ਸਕਰੀਨ ਸ਼ਾਟ ਸਾਡੇ ਨੰਬਰਾਂ ਦੇ ਉੱਪਰ ਸ਼ੋਅ ਕਰ ਗਿਆ ਸੀਗਾ ਸਿਰਫ ਉਹੀ ਕਸਟਮਰ ਇਹ ਪੀਸ ਬਾਈ ਕਰ ਸਕਿਆ ਸੀਗਾ ਉਹ ਜੀ ਵਾਸ ਫਸਟ ਨੰਬਰ ਆਰਟੀਕਲ ਦਿਆ ਲੋ ਇਹਦੇ ਚ ਦੋ ਕਲਰ ਨੇ ਜੀ ਨੇਵੀ ਬਲੂ ਕਲਰ ਜੀ ਸੇਮ ਆਰਟੀਕਲ ਆ ਸੇਮ ਫਰੰਟ ਬੈਕ ਆ ਸੇਮ 슬ੀਵਜ਼ ਨੇ ਥਿਸ ਦਾ ਨੰਬਰ ਆਰਟੀਕਲ ਨੰਬਰ 1 ਹੋਰ ਸੇਮ ਕੈਟਾਗਰੀਆ 1 ਨੰਬਰ ਚ ਦੋ ਹਾਲ ਕਲਰ ਸੀਗੇ ਵਾਈਨ ਐਂਡ ਨੇਵੀ ਕਲਰ ਜੀ ਲਓ ਬਟੇ ਅ ਪਹਿਲਾ ਦਿਖਾਵਾਂਗੇ ਤੁਹਾਨੂੰ ਲੌਂਗ ਡ्रेसेस ਅਸੀਂ ਜੀ ਆਹ ਲਓ ਜੀ ਨਿਓਨ yellow ਕਲਰ ਚ ਆਏਗਾ ਜੀ ਸਾਰਾ ਸਟੋਨ ਵਾਕ ਹੋਏਗਾ ਵਾ ਸਾਰਾ ਕੜਦਾਣੇ ਦਾ ਵਾਕ ਹੋਏਗਾ ਇਸ ਤਰ੍ਹਾਂ ਬੈਲ ਬਾਜ਼ੂ ਬਨੇ ਹੋਏ ਨੇ ਬਹੁਤ ਹੀ ਬਿਊਟੀਫੁਲ ਹੋਣਗੇ ਬਾਜ਼ੂ ਜੀ ਇਹਦੇ ਔਰ ਇਸ ਤਰ੍ਹਾਂ ਆਏਗਾ ਜੀ ਸਾਰਾ ਵਾਕ ਜੋ ਸਟੋਨ ਐਂਡ ਸੀਕਵੈਂਸ ਨਾਲ ਹੋਏਗਾ ਬੇਟੇ ਨਾਲ ਦੀ ਨਾਲ ਦਵੱਟੇ ਲਗਾਉਂਦੇ ਰਹੋ ਔਰ ਨਾਲ ਦੀ ਨਾਲ ਸ਼ੋਅ ਕਰਦੇ ਰਹੋ ਆ ਲੋ ਇਹ ਜਿਹੜਾ ਸਾਈਜ਼ ਦਿਖਾ ਰਿਹਾ ਮਾਂ 42 ਸਾਈਜ਼ ਜੀ ਅ ਸਰਿੰਦਰ ਟੈਲੋ ਜੀ ਸਸ਼ੀਕਾਲ ਦੇਦੀ ਜੀ 86 ਕਾਲ ਹੈਲੋ ਜੀ ਹੈਲੋ ਗੁਰਮੋ ਥੋੜਾ ਗੁੱਡ ਇਵਨਿੰਗ ਸਾਡਾ ਗੁੱਡ ਆਫਟਰਨੂੰ ਉਹ ਗੁੱਡ ਹਾਂਜੀ ਫਰਕ ਹੋ ਗਈ ਆ ਲੋ 60 ਗ੍ਰਾਮ ਪਿਓਰ ਜੋੜੋ ਤੇ ਸਿਸਟਰ ਜੀ ਬਣਿਆ ਹੋਇਆ ਵਾ ਔਲ ਚੈਲ ਅਨੂ ਜੀ ਡੂ ਯੂ ਹੈਵ ਸਾਈਜ਼ 44 ਜਿਹੜਾ ਦੀਦੀ 44 ਆਏਗਾ ਮੈਂ ਤੁਹਾਨੂੰ ਦੱਸ ਦਾਂਗਾ ਕਿ ਕਿਹ ਚ 44 ਬਣ ਸਕਦਾ ਵਾ ਬਟ ਜਿਹੜੇ ਮੈਂ ਤੁਹਾਨੂੰ ਪੀਸਿਸ ਦਿਖਾਉਂਗਾ ਇਹ ਸਾਰੇ 42 ਵਾਲੇ ਹੋਣਗੇ ਜੀ 11960 ਗ੍ਰਾਮ ਪਿਓਰ ਦਾ ਫੈਬਰਿਕ ਆ ਡੀਐਸਏ ਬੁਟੀਕ ਦਾ ਆਰਟੀਕਲ ਆ ਜੀ ਬੜਾ ਕੀ ਕਰਦੇ ਤੁਸੀਂ ਪਹਿਲਾਂ ਲੌਂਗ ਪਾਇਆ ਕਰੋ ਇੱਕ ਦੂਜਾ ਇੱਕ ਦੂਜਾ ਹਾਂ ਲੋ ਜੀ ਇੱਕ ਆ ਦਿਖਾ ਰਿਹਾ ਮੈਂ ਤੁਹਾਨੂੰ ਹੈਰਮ ਬਾਟਮ ਦੇ ਨਾਲ ਜਿਵੇਂ ਤੁਹਾਨੂੰ ਮੈਂ ਕੱਲ ਵੀ ਦਿਖਾਇਆ ਸੀਗਾ ਇਸ ਤਰ੍ਹਾਂ ਹੈਰਮ ਸਲਵਾਰ ਬਣੀ ਹੋਈ ਆ ਇਹਦੇ ਉੱਪਰ ਇਸ ਤਰ੍ਹਾਂ ਪੈਪਲਮ ਦਾ ਸਟਾਈਲ ਆ ਜੀ ਤੇ ਸਾਰਾ ਸੀਕਵੈਂਸ ਦਾ ਵਾਕਾ ਸਾਰਾ ਕਸਰ ਦਾ ਵਾਕਾ ਕੀਤਾ ਹੈ ਔਰ ਤੁੰਦ ਦਾ ਸੱਜੇ ਕਿ ਤੁਸੀਂ ਅਗਰ ਬਾਜ਼ੂ ਦੀ ਚੁਆਇਸ ਰੱਖਦੇ ਹੋ ਤਾਂ ਤੁਸੀਂ ਇਹਨੂੰ ਪ੍ਰੋਪਰਲੀ ਅ ਬ੍ਰੋਡ ਕਰਕੇ ਨਾਲ ਬਾਜ਼ੂ ਵੀ ਲਗਵਾ ਸਕਦੇ ਬਟਾਕ ਲਗਾ ਬਟੇ ਉਥੇ ਪੰਗੀ ਜਾ ਨਾ ਨਾ ਯਾਰ ਆ ਲੋ ਆਈਗਾ ਜੀ ਬਿਊਟੀਫੁਲ ਦੁਪੱਟਾ ਔਰ ਅ ਮੀਤਮਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਇੰਦਰ ਜੀ ਸੈਮੀ ਜੀ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਕਰਦਾਂਗੇ ਸਾਰੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਹੋਵੋਗੇ 17800 ਜਿਹੜੇ ਮੈਂ ਤੁਹਾਨੂੰ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕਿਉਂਕਿ ਜੋ ਮੈਂ ਤੁਹਾਨੂੰ ਲਾਸਟ ਤੇ ਲਹਿੰਗਾ ਚੋਲੀ ਦਿਖਾਣੇ ਨੇ ਸੁਪਰ ਜੀ ਸੁਪਰ ਆਹ ਲੋ ਜੀ ਆਹ ਲੋ ਇਹ ਆਗੇ ਜੀ ਅਨਾਰਕਲੀ ਜੀ ਸਾਰੀ ਪਿਓਰ ਚਨਾਉਂ ਦੀ ਫੈਬਰਿਕ ਦੀ ਅਨਾਰਕਲੀ ਹੈ ਸਿੰਪਲ ਸੋਬਰ ਆ ਵਿਦਆਉਟ ਕੈਨਕੈਨ ਲੱਗੀ ਹੋਈ ਆ ਲੈਦਰ ਦਾ ਵਰਕ ਹੋਏਗਾ ਸਾਰਾ ਗੋਟੇ ਦਾ ਵਰਕ ਹੋਏਗਾ ਔਰ ਸਾਰਾ ਨੈਕ ਲਾਈਨ ਦੇ ਉੱਪਰ ਇਸਲਾ ਪੋਟਲੀ ਵਾਲੇ ਬਟਨਸ ਵੀ ਹੋਣਗੇ ਔਰ ਸਿਸਟਰ ਜੀ ਇਹ ਬਨੇਗਾ ਤੁਹਾਡਾ 44 ਸ ਚਹਲ ਜੀ ਅਨੂ ਜੀ ਇਹ ਤੁਸੀਂ 44 ਤੱਕ ਬਣਵਾ ਸਕਦੇ ਹੋ ਸਾਈਜ਼ ਹੀ ਬੈਕ ਤੇ ਬਾਰਡਰ ਵੀ ਆ ਬੋਟਾ ਵੀ ਆ ਜੀ ਔਰ ਦੁਪੱਟਾ ਦਿਖਾਓ ਬਟੇ ਕੀ ਬਾਤ ਹੈ ਸੁਪਰ ਲੈ ਚੱਲ ਆ ਵੀ ਅਸੀਂ ਆ ਲਓ ਆਏਗਾ ਜੀ ਦੁਪੱਟਾ ਮਹਿੰਦੀ ਗ੍ਰੀਨ ਦੇ ਨਾਲ ਆਏਗਾ ਜੀ ਮਸਟਰਡ ਕਲਰ ਦਾ ਇਸ ਤਰ੍ਹਾਂ ਦੁਪੱਟਾ ਹੋਏਗਾ ਬਹੁਤ ਹੀ ਬਿਊਟੀਫੁਲ ਹੋਏਗਾ ਜੀ ਔਰ ਇਹ ਆਏਗਾ ਜੀ ਮੇਰਾ ਆਰਟੀਕਲ ਉਹ 4 ਅਸ ਦੀ ਵੀਡੀਓ ਦਾ ਸਿਰਫ ਕੀ ਬਾਤ ਹੈ ਸਟਿਚਿੰਗ ਦੀ ਗੱਲ ਕਰਾਂ ਤਾਂ 25 ਤੋਂ 3000 ਦੀ ਰੇਂਜ ਦੇ ਅੰਦਰ ਸਿਰਫ ਸਟਿਚਿੰਗ ਦਾ ਪ੍ਰਾਈਸ ਹੁੰਦਾ ਵਾ ਪਰ ਤੁਹਾਨੂੰ ਦਵਾਂਗੇ ਵਿਦ ਐਮਬਰਾਇਡਰੀ 8250 ਓਨਲੀ 4G 8250 ਦੀ ਰੇਂਜ ਦੇ ਅੰਦਰ ਜੀ ਕਿਆ ਬਾਤ ਹੈ ਜੀ ਬਹੁਤ ਪਿਆਰੇ ਪਿਆਰੇ ਡਰਸਨ ਸਿਸਟਰ ਜੀ ਆਪ ਨੂੰ ਜਿਵੇਂ ਹੁੰਦਾ ਕਿ ਅਸੀਂ ਜਦੋਂ ਵੀਡੀਓ ਅਪਲੋਡ ਕਰਦੇ ਹਾਂ ਖੁਦ ਨੂੰ ਇੱਕ ਪੋਸਟਿੰਗ ਫੀਲਿੰਗ ਮਹਿਸੂਸ ਹੁੰਦੀ ਹੈ ਕਿ ਹਾਂ ਯਾਰ ਬਹੁਤ ਅੱਛੇ ਆਰਟੀਕਲ ਨੇ ਇਸ ਸਮੇਂ ਕਿ ਸਾਨੂੰ ਹੁੰਦਾ ਕਿ ਹਾਂ ਉਮੀਦ ਹੁੰਦੀ ਹੈ ਕਿ ਸਾਰੇ ਪੀਸ ਸੇਲ ਹੋਣ ਵਾਲੇ ਆ ਸਭ ਤੋਂ ਵੱਡੀ ਗੱਲ ਸੇਲਦੀ ਨਹੀਂ ਹੁੰਦੀ ਸੇਲ ਤੁਹਾਡੇ ਬਾਪੇ ਦੀ ਕਿਰਪਾ ਨਾਲ ਬਹੁਤ ਅੱਛੀ ਆਪਣਾ ਕਸਟਮਰ ਹੈਗੇ ਨੇ ਤੁਹਾਡੇ ਵਰਗੇ ਰਾਇਲ ਕਸਟਮਰ ਨੇ ਬਟ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਕਸਟਮਰ ਇੰਡੀਆ ਨਹੀਂ ਆ ਪਰ ਸਾਡੇ ਪਿਆਣੇ ਦੀ ਵਿਦੇਸ਼ਾਂ 'ਚ ਬਿਠੇ ਨੇ ਜਿਨ੍ਹਾਂ ਨੂੰ ਛੁੱਟੀ ਨਹੀਂ ਮਿਲ ਪਾਈ ਜਾਂ ਕੋਵਿਡ ਕਰਕੇ ਨਹੀਂ ਮਿਲ ਪਾਇਆ ਜਿਹੜੇ ਨਹੀਂ ਆ ਸਕਦੇ ਉਹਨਾਂ ਦੇ ਫੰਕਸ਼ਨ ਨੇ ਬਾਅਦ ਮਈ ਦੇ ਅੰਦਰ April ਦੇ ਅੰਦਰ ਫੰਕਸ਼ਨ ਨੇ ਤਾਂ ਉਹਨਾਂ ਤੱਕ ਇਹ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਆਪਣੀ ਸ਼ਾਪਿੰਗ ਕਰ ਸਕੋ ਜੀ ਆਹ ਲੋ ਇਹ ਡ੍ਰੇਪ ਸਟਾਈਲ ਹੈਗਾ ਵਾ ਜੀ ਇਹ ਆਇਗਾ ਸੀ 11390 11390 ਰੁਪੀਜ਼ ਓਨਲੀ ਫਾਰ ਆਰਟੀਕਲ ਨੰਬਰ 5 ਮੇਰਾ ਜੀ ਇਹ ਅਟੈਚ ਹੈ ਬਟੇ ਕਿਆ ਬਾਤ ਹੈ ਮੈਂ ਦੇਖੇ ਨਹੀਂ ਪੀ ਸਲਾਂ ਆ ਲੋ ਇੱਕ ਨਿਊ ਆਰਟੀਕਲ ਆਇਆ ਜੀ ਡਿਜ਼ਾਈਨਰ ਸਬਿਆਸਾਚੀ ਬ੍ਰਾਂਡ ਦਾ ਹੋਏਗਾ ਜੀ ਸਾਰਾ ਪਿਸਤਾ ਗ੍ਰੀਨ ਕਲਰਾਂ ਜੀ ਡਬਲ ਲੇਅਰ ਦੇ ਅੰਦਰ ਬਹੁਤ ਹੀ ਸਮਾਰਟਨੈਸ ਵਾਲਾ ਪੀਸ ਹੋਏਗਾ ਓਨਲੀ ਫੋਰ ਫਰਸਟ ਸੈਂਪਲ ਲਾਸਟ ਵੀਕ ਜਸਵੀਰ ਕੋ ਤਾਲੀਵਾਲ ਜੀ ਸਸ਼ੀਕਾ ਸਾਰੇ ਤਾਲੀਵਾਲ ਫੈਮਿਲੀ ਨੂੰ ਜੀ ਸਾਡੇ ਚਰਨਜੀਤ ਜੀ ਦੀ ਦੀ ਨੂੰ ਔਰ ਜਪਨੀਤ ਤਾਲੀਵਾਲ ਜਸਪ੍ਰੀ ਤਾਲੀਵਾਲ ਔਰ ਪਲਸ ਹਰਜੋਤ ਤਾਲੀਵਾਲ ਜੀ ਆ ਲੋ ਜੀ ਆਏਗਾ ਜੀ ਬਿਊਟੀਫੁਲ ਦੁਪੱਟਾ ਔਰ ਆਏਗਾ ਜੀ ਇਸ ਤਰ੍ਹਾਂ ਵਾਕ ਨੈਕ ਲਾਈਨ ਦੇ ਉੱਪਰ ਵਾਕ ਕੀਤਾ ਹੋਇਆ ਸਮਥਿੰਗ ਡਿਫਰੈਂਟ ਡਬਲ ਲੇਅਰ ਬਣਿਆ ਹੋਇਆ ਵਾ ਕਿ ਲੱਗੇਗਾ ਕਿ ਨੀਚੇ ਲਹਿੰਗਾ ਵੇਅਰ ਕੀਤਾ ਹੋਇਆ ਬਟ ਟੋਟਲੀ ਹੈਂਡ ਦਾ ਵਾਕ ਹੈਗਾ ਵਾ ਟੋਟਲੀ ਵਨ ਪੀਸ ਯਾਨੀ ਲੌਂਗ ਡਰੈਸ ਹੋਏਗੀ ਸਿਸਟਰ ਜੀ ਸੇਮ ਫਰੰਟ ਆ ਸੇਮ ਬੈਕ ਆ ਔਰ ਸਭ ਦੇ ਨਾਲ ਤੁਹਾਨੂੰ ਬਾਜ਼ੂ ਦੀ ਆਪਸ਼ਨ ਪ੍ਰੋਵਾਈਡ ਕਰਵਾਈ ਜਾਏਗੀ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਬਾਜ਼ੂ ਲਗਵਾ ਸਕਦੇ ਹੋ ਹਾਫ ਸਲੀਵਸ ਫੁੱਲ ਸਲੀਵਸ 35800 ਦੀ ਰੇਂਜ ਹੈਗੀ ਬਟੇ ਹੈਗੀ ਅੰਦਾਜ਼ਾ ਚਿੰਤਾ ਨਾ ਕਰੋ फुल स्पीड ਆਪਣੀ ਆ ਲੋ ਜੀ ਇਹ ਕਾਏਗਾ ਜੀ ਵਾਈਨ ਕਲਰ ਦੇ ਅੰਦਰ ਸਾਡਾ ਸ਼ਾਪ ਦਾ ਰਾਇਲ ਸਟਾਈਲ ਪੀਸ ਆ ਜੀ ਕਿਉਂਕਿ ਇਸ ਜਿਸ ਰੇਂਜ ਦੇ ਅੰਦਰ ਅਸੀਂ ਕਾਰੀਗਰ ਕੋ ਰੈਡੀ ਕਰਵਾ ਰਹੇ ਆ ਐਲਬੋ ਤੱਕ ফুল 슬ੀਵਜ਼ ਹੈਵੀ ਨੇ ਆ ਦੇਖੋ ਵਰਕ ਕਿੰਨਾ ਪਿਆ ਰਿਹਾ ਸਾਰਾ ਸ਼ੀਸ਼ੇ ਦਾ ਵਰਕ ਹੋਏਗਾ ਕਸਬ ਚਿਲੇ ਹੋਏ ਨੇ نیچے ਬਾਰਡਰ ਬਣਿਆ ਹੋਇਆ ਵਾ ਬੈਕ ਬਹੁਤ ਸੋਹਣੀ ਆ ਔਰ ਦੁਪੱਟਾ ਤਾਂ ਹੈ ਹੀ ਇੱਕ ਕਲਾਸੀ 60 ਗ੍ਰਾਮ ਪਿਓਰ ਜ਼ੋੜ ਦੇ ਅੰਦਰ ਇਹ ਪੀਸ ਦੀ ਵਰਕ ਕੀਤਾ ਗਿਆ ਦੇ ਪਰ ਵਾਓ ਦੁਪੱਟਾ ਬਹੁਤ ਸਿਸਟਰਸ ਹੋਣਾ ਜੀ ਹੈ ਬਹੁਤ ਬਿਊਟੀਫੁਲ ਦੁਪੱਟਾ ਹੋਏਗਾ ਜੀ embroidery ਬਹੁਤ ਕਲਾਸ ਹੈਗੀ ਆ ਸਾਰਾ ਸਕੈਲਪਿੰਗ ਬਣੀ ਹੋਈ ਆ ਦੁਪੱਟੇ ਦੇ ਉੱਪਰ ਔਰ ਇਹ ਆਏਗਾ ਜੀ ਮੇਰਾ ਪ੍ਰਾਈਸ ਰੇਂਜ ਹੋਏਗਾ 7 ਨੰਬਰ ਆਰਟੀਕਲ ਆ ਜੀ 11210 ਰੁਪੀਜ਼ ਓਨਲੀ ਫੋਰ ਜੀ 11210 ਦੀ ਰੇਂਜ ਹੋਏਗਾ ਜੀ ਆਰਟੀਕਲ ਨੰਬਰ ਮੇਰਾ 7 ਜੀ ਲੋ ਜੀ ਇੱਕ ਆ ਜਾ ਰਿਹਾ ਜੀ ਮਸਕ ਵਾਲੀ ਸਟਾਈਲ ਹੈਗਾ ਵਾ ਜੀ ਸਾਰਾ ਨੈਕ ਲਾਈਨ ਤੇ ਵਾਕ ਹੋਏਗਾ ਦਬਕੇ ਦਾ ਵਾਕ ਆ ਕਸਬ ਸੇ ਲਿਆ ਹੋਇਆ ਵਾ ਗ੍ਰੇ ਦੇ ਉੱਪਰ ਆਏਗਾ ਜੀ ਹੌਟ ਪਿੰਕ ਕਲਰ ਦੀ ਪੂਰੀ ਅੱਛੀ ਫਿਨਿਸ਼ਿੰਗ ਆ ਫੁੱਲ ਸਲੀਵਸ ਹੈ ਵੀ ਨੇ ਔਰ ਇਹ ਚ ਪਲੱਸ ਪੁਆਇੰਟ ਕੀ ਆ ਜਿਹੜੀ ਇੱਕ ਕਲੀ ਸਿਸਟਰ ਜੀ ਆਏਗੀ ਉਹ ਪਿਓਰ ਬਨਾਰਸੀ ਹੋਏਗੀ ਇੱਕ ਕਲੀ ਹੋਏਗੀ ਸਾਰੀ ਸੀਕਵੈਂਸ ਦੀ ਹੋਏਗੀ ਜੀ ਲਗਾ ਬੈਠੇ ਦੁਪੱਟਾ ਓਹੋ ਕੀ ਬਾਤ ਆ ਜੀ ਸੁਪਰ ਦੁਪੱਟਾ ਜੀ ਔਰ ਬਿਊਟੀਫੁੱਲ ਦੇਖੋ ਜੀ ਸਾਰੀ ਹੈਂਡ ਐਮਬ੍ਰੋਇਡਰੀ ਕੀਤੀ ਹੈ ਸਾਰੇ ਮਿਰਰ ਦਾ ਵਰਕ ਕੀਤਾ ਹੋਇਆ ਵਾ ਔਰ 60 ਗ੍ਰਾਮ ਪਿਓਰ ਜੋੜਰ ਦੇ ਅੰਦਰ ਅੱਛੀ ਲੁੱਕ ਹੋਏਗੀ ਜੋ ਸਮਾਰਟਨੈਸ ਦੇ ਨਾਲ ਪ੍ਰੋਪਰਲੀ ਲੁੱਕ ਸਮਾਰਟ ਕੀਤੀ ਗਈ ਹੈ ਜੀ ਇਹ ਆਏਗਾ ਜੀ ਮੇਰਾ ਆਰਟੀਕਲ ਨੰਬਰ ਸਿਸਟਰ ਜੀ ਹੋਏਗਾ ਜੀ 8 ਔਰ ਇਹਦੀ ਰੇਂਜ ਹੋਣ ਵਾਲੀ ਹੈ ਬਹੁਤ ਹੀ ਪਿਆਰੀ 8 ਨੰਬਰ ਆਰਟੀਕਲ ਆ ਸਿਸਟਰ ਜੀ ਔਰ 12000 ਦੀ ਰੇਂਜ ਆਲ ਬੇਟੇ ਦਿਖਾਓ ਪੀਸ ਆਲਾ ਸੁਪਰ ਡੂਪਰ ਆਰਟੀਕਲ ਆਨ ਜਾ ਰਿਹਾ ਸਿਸਟਰ ਜੀ ਲੌਂਗ ਡਰੈਸ ਦੇ ਨਾਲ ਜੀ ਆਲਾ ਜੀ ਇਹ ਲੌਂਗ ਡਰੈਸ ਆਈ ਗਈ ਸੀ ਬਹੁਤ ਪਿਆਰੀ ਔਰ ਸਮਥਿੰਗ ਡਿਫਰੈਂਟ ਥੈਂਕ ਯੂ ਸੋ ਮਚ ਜਸਵੀਰ ਕੌਰ ਤਾਲੀਬਾਲ ਜੀ ਸੰਦੀਪ ਬੈਸਟ ਸਰਵਿਸ ਬਾਏ ਸੰਦੀਪ ਐਂਡ ਪੀਰੂ ਹਾਈ ਹਾਈਲੀ ਰਿਕਮੈਂਡ ਟੂ ਸ਼ੋਪ ਟੂ ਐਲਬਲ ਵੀ ਸਟੋਰ ਥੈਂਕ ਯੂ ਸੋ ਮਚ ਜਸਵੀਰ ਦੀ ਥੈਂਕ ਯੂ ਸੋ ਮਚ ਤੁਹਾਡਾ ਮਾਨ ਬਸ ਆਪਣਾ ਇਸ ਤਰ੍ਹਾਂ ਹੀ ਹੈ ਕਿ ਜਦ ਆਪਾਂ ਪੀਸ ਆਪਾਂ ਕਸਟਮਰ ਦੀ ਬੁਕਿੰਗ ਪਕੜ ਲਈ ਜਦ ਤੱਕ ਤੁਹਾਡੇ ਤੱਕ ਪਹੁੰਚਦਾ ਨਹੀਂ ਸਾਡੇ ਖੁਦ ਦੀ ਟੈਨਸ਼ਨ ਹੁੰਦੀ ਹੈ ਸਰਵਿਸ ਹੀ ਮੇਨ ਰਹਿੰਦੀ ਹੈ ਕਿਉਂਕਿ 60 ਸਾਲ ਹੋ ਚੁੱਕੇ ਇਸ ਫਰਮ ਨੂੰ ਬਲਵੀ ਸਟੋਰ ਨੂੰ ਤੇ ਮੈਨੂੰ ਵੀ ਤਕਰੀਬਨ 15 ਤੋਂ 16 ਸਾਲ ਹੋ ਚੁੱਕੇ ਐ ਜਿਓਬ ਕਰਦੇ ਇੱਥੇ ਆਹ ਦੇਖੋ neck line ਕਿੰਨਾ ਪਿਆਰਾ ਆ ਬੈਲ ਬਾਜ਼ੂ ਨੇ ਔਰ ਇਸ ਤਰ੍ਹਾਂ ਆਏਗਾ ਜੀ ਪੂਰੀ ਐਮਬਰਾਇਡਰੀ ਸੁਪਰ ਡੂਪਰ ਜੀ ਆਹ ਦੇਖੋ ਬੈਕ ਕਿੰਨੀ ਪਿਆਰੀ ਆ ਅਗਰ ਬੈਕ ਤੋਂ ਥੋੜਾ ਕਵਰ ਕਰਨਾ ਤਾਂ ਆਪਾਂ ਅਸੀਂ ਹਾਫ ਕਵਰ ਵੀ ਕਰ ਸਕਦੇ ਹਾਂ ਤੁਹਾਡੀ ਖੁਦ ਦੀ ਚੁਆਇਸ ਤੁਸੀਂ ਲੱਕ ਸਕਦੇ ਹੋ ਇਸ ਇਸ ਤਰ੍ਹਾਂ ਹੈਗਾ ਸਾਰਾ ਸ਼ੇਡਿੰਗ ਸਟਾਈਲ ਹੈਗਾ ਐਮਬ੍ਰੋਇਡਰੀ ਬਹੁਤ ਅੱਛੀ ਆ ਬਹੁਤ ਹੀ ਬਿਊਟੀਫੁਲ ਹੈ ਜੀ ਬਹੁਤ ਹੀ ਸਮਾਰਟਨੈਸ ਵਾਲਾ ਇਹ ਪੀਸ ਹੋਏਗਾ ਔਰ ਲੁੱਕ ਬਹੁਤ ਪਿਆਰੀ ਹੋਣ ਵਾਲੀ ਆ ਔਰ ਇਹਦੀ ਜੋ ਰੇਂਜ ਹੈਗੀ ਆ ਉਹ ਹੈਗਾ ਜੀ ਕਿਉਂਕਿ ਮੈਂ ਤੁਹਾਨੂੰ ਐਸੀ ਅੱਜ ਪੀਸ ਦਿਖਾਉਂਗਾ ਜਿਵੇਂ ਘਰ ਚ ਆਪਣੇ ਖੁਦ ਦਾ ਫੰਕਸ਼ਨ ਆ ਤੁਹਾਡੀ ਖੁਦ ਦੀ ਵਿਡਿੰਗ ਹੈਗੀ ਆ ਜਾਂ ਘਰ ਚ ਸਿਸਟਰ ਦੀ ਮੈਰिज ਹੈਗੀ ਆ ਬੇਟੀ ਦੀ ਮੈਰिज ਹੈ ਤੁਸੀਂ ਕੁਝ ਅਲੱਗ ਡਰੈਸ ਅਪ ਪਹਿ ਪਾਉਣ ਦੀ ਚੁਆਇਸ ਰੱਖਦੇ ਹੋ ਔਰ ਇਹ ਹੈਗਾ ਵਾਕ ਦੇਖੋ ਕਿੰਨਾ ਪਿਆਰਾ ਸਾਰਾ ਸਭ ਤੋਂ ਪਹਿਲਾਂ ਤਾਂ نیچے ਸਾਰਾ ਥ्रेडਵੌਕ ਕੀਤਾ ਹੋਇਆ ਵਾ ਉਹਦੇ ਉੱਪਰ ਲੁੱਕ ਸੋ ਪ੍ਰੀਟੀ ਕੀਤੀ ਹੋਈ ਆ ਔਰ ਕਲਾਸੀ ਲੁੱਕ ਦੇ ਪੀਸਸ ਹੋਣਗੇ ਜੀ 46470 ਰੁਪੀਸ ਓਨਲੀ ਫੋਰ ਥੀ ਮਿੱਟੀ ਲੌਂਗ ਮਿੱਟੀ ਬੈਫਰ ਹਾਲੋ ਜੀ ਇਹ ਲਾਸਟ ਪੀਸ ਦਿਖਾਇਆ ਜਾ ਰਿਹਾ ਇਸ ਵਾਰ ਤੁਹਾਨੂੰ ਐਸੇ ਲਹਿੰਗੇ ਜੁਲ ਦਿਖਾਉਂਗਾ ਕਿ ਤੁਹਾਡੀ ਬਸ ਮਨ ਜੋੜੀ ਰਿਕਵਰਮੈਂਟ ਵੀ ਨਹੀਂ ਹੋਏਗੀ ਤੁਸੀਂ ਤਾਂ ਵੀ ਪੀਸ ਬਾਈ ਕਰੋਗੇ ਐਸੇ ਪੀਸ ਹੋਣਗੇ ਇਸ ਤੋਂ ਬਾਅਦ ਕਿਉਂਕਿ ਪਹਿਲਾਂ ਮੈਂ ਤੁਹਾਨੂੰ ਦਿਖਾਏ ਨੇ ਲੌਂਗ ਡ्रेसेस ਇਸ ਤੋਂ ਬਾਅਦ ਆਣਗੇ ਲਹਿੰਗਾ ਚੋਲੀ ਜੀ ਆਹ ਲੋ ਇਹਦੀ ਵੀ ਰੇਂਜ ਬਹੁਤ ਲਾਈਟ ਹੈ ਓਨਲੀ 1 ਪੀਸ ਹੀ ਦੁਬਾਰਾ ਮਿਲ ਪਾਇਆ ਵਾ ਕਿਉਂਕਿ ਪਹਿਲਾਂ ਪ੍ਰੋਡਕਸ਼ਨ ਸੀਗਾ ਫਿਰ ਇਹ ਆਊਟ ਆਫ ਸਟਾਕ ਹੋ ਗਿਆ ਹੁਣ ਫਿਰ ਦੁਬਾਰਾ ਆਇਆ ਵਾ ਸਟੈਪ ਨੂੰ ਬਰੋਡ ਕਰ ਸਕਦੇ ਹਾਂ ਪਲੱਸ ਨਾਲ 슬ੀਵਜ਼ ਵੀ ਐਡ ਕਰ ਸਕਦੇ ਹਾਂ ਇਹ ਆਏਗਾ ਜੀ ਪਿਆਸੀ ਕਲਰ ਹੋਏਗਾ ਸਿਸਟਰ ਜੀ 41 ਜਲਾਣਾ ਬਟੇ 10 ਫਟ ਰੈਗੀ ਬੈਟਰੀ ਸੱਲਾਬਿਆ ਹਾਲੋ ਜੀ ਆਰਟੀਕਲ ਨੰਬਰ ਸਿਸਟਰ ਜੀ ਹੋਏਗਾ ਜੀ 10 ਨੰਬਰ ਆਰਟੀਕਲ ਜੀ 8010 ਦੀ ਰੇਂਜ ਹੋਏਗਾ ਇਹ ਬਿਊਟੀਫੁੱਲ ਆਰਟੀਕਲ ਆ ਜੀਲਾ ਔਰ ਸਮਾਰਟਨਸ ਵਾਲਾ ਇਹ ਪੀਸ ਹੋਏਗਾ ਜੋ ਲੁੱਕ ਤੁਹਾਨੂੰ ਦਿਖਾਣ ਜਾ ਰਿਹਾ ਔਰ ਲਗ ਲੁੱਕ ਹੋਏਗੀ ਸਿਸਟਰ ਜੀ ਦੀ ਯਾਬੇ ਨੈਕਸਟ ਲੈ ਆ ਫੋਰਥਮ ਘਰਮੜਾ ਇਹ 10 ਮਿੰਟ ਰਹੀ ਬੈਟਰੀ ਅ ਬਲਜੀਤ ਕੌਰ ਜੀ ਅਵਨੀਤ ਕੌਰ ਅਵਲ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼ਕਾਲ ਇੱਕ ਆਦ ਖਾਨ ਜਾ ਰਿਹਾ ਤੁਹਾਨੂੰ ਅਸੀਂ ਡਿਫਰੈਂਸ ਸਟਾਈਲ ਦਾ ਲਹਿੰਗਾ ਚੋਲੀ ਜੀ yellow ਕਲਰ ਦੇ ਅੰਦਰ ਹੋਏਗਾ ਔਰ ਇਸ ਤਰ੍ਹਾਂ ਡਬਲ ਫ੍ਰਿਲ ਲੱਗੀ ਹੋਈ ਹੈ ਸਾਟਨ ਦੀ نیچے ਨੈਟ ਦੀ ਫ੍ਰਿਲ ਹੋਏਗੀ ਆਹ ਲੋ ਇਸ ਤਰ੍ਹਾਂ ਆਏਗਾ ਜੀ ਸਾਰਾ ਦਬਕੇ ਦਾ ਵਾਕ ਆ ਨਾਲ ਮਿਰਰ ਵਾਕ ਕੀ ਤਾਇ ਬਰੇ ਫਲੇਰ ਹੈ ਇਹ ਆ ਦੇਖੋ ਸੁਪਰਬ ਲੈ ਬੜੀ ਚੋਲੀ ਲਾਓ ਵਿੱਚ ਪਾਇਦਾ ਵਾਸ ਬਟੇ ਆਹ ਲੋ ਆਏਗਾ ਜੀ ਚੋਲੀ ਦਾ ਸਟਾਈਲ ਜੀ ਇਹਦਾ ਬਹੁਤ ਹੀ ਪਿਆਰਾ ਸਿੰਪਲ ਸੋਬਰ ਨਾਲ ਦੁਪੱਟਾ ਹੋਏਗਾ ਇਸ ਤਰ੍ਹਾਂ ਆਏਗਾ ਜੀ neck line ਥੋੜਾ ਜਿਆਦਾ ਡੀਪ neck ਹੋਏਗਾ ਸਾਈਡ ਤੋਂ ਕਿਉਂਕਿ ਇਹਦੇ ਨਾਲ ਬਾਜੂ ਦੀ অপਸ਼ਨ ਨਹੀਂ ਹੈਗੀ ਕਿ ਤੁਸੀਂ ਬਾਜੂ ਨਹੀਂ ਲਗਵਾ ਸਕਦੇ ਥੋੜਾ ਜਗ ਡੀਪ neck ਪਾਣੇ ਹੋ ਜਾਂ ਸਾਈਡ ਤੋਂ ਕੱਟ ਵਗੈਰਾ ਪਾਣੇ ਹੋ ਤਾਂ ਤੁਸੀਂ ਇਸ ਪੀਸ ਨੂੰ ਬਾਈ ਕਰ ਸਕਦੇ ਹੋ ਆ ਦੇਖੋ ਥੋੜਾ ਜਆ ਵੈਸਟਰਨ ਲੁੱਕ ਦੇ ਅੰਦਰ ਲਹਿੰਗਾ ਰੱਖਿਆ ਹੋਇਆ ਜੀ ਇਹ ਵਾਲਾ yellow colour ਦਾ ਜਿਆਦਾ brightness ਦੇ ਨਾਲ ਔਰ ਪ੍ਰੋਪਰ ਸਾਰਾ ਹੈਂਡ ਵਰਕ ਦਾ ਇਸ ਤਰ੍ਹਾਂ ਦੁਪੱਟਾ ਵਾ ਜਿਹੜਾ ਫ੍ਰੀਲ ਦੇ ਨਾਲ ਸੈੱਟ ਕੀਤਾ ਹੋਇਆ ਵਾ ਔਰ ਇਸ ਤਰ੍ਹਾਂ ਆਏਗੀ ਸਾਰੀ ਹੈਂਡ ਵਰਕ ਦੀ ਐਮਬ੍ਰੋਇਡਰੀ ਜੀ ਦੀ ਹਾਲੋ ਜੀ 11 ਨੰਬਰ ਆਰਟੀਕਲ ਹੈਗਾ ਬਾਅਦ 14240 ਰੁਪਏ 14240 ਰੁਪੀਆ ਓਨਲੀ ਫਾਰ ਆਰਟੀਕਲ ਨੰਬਰ 11 ਹਾਲੋ ਦਵਟਾ ਆ ਲੋ ਜੀ ਇੱਕ ਆਇਗਾ ਜੀ ਬਹੁਤ ਪਿਆਰਾ ਪੀਸ ਹੈਗਾ ਬਾ ਸਾਰਾ ਅੱਛਾ ਸਭ ਤੋਂ ਵੱਡੀ ਗੱਲ ਹੈ ਜੀ ਦਾ ਫਲੇਅਰ ਹੈਗਾ ਬਾ 12 13 ਮੀਟਰ ਦਾ ਫਲੇਅਰ ਹੋਏਗਾ ਇਸ ਤਰ੍ਹਾਂ ਨੀਚੇ ਨੈਟ ਦੀ ਫਿਰ ਲੱਗੀ ਹੋਈ ਹੈ ਸਿਸਟਰ ਉਹਦੇ ਉੱਪਰ ਸਾਟਾਂ ਦੀ ਪੱਟੀ ਲੱਗੀ ਹੋਈ ਆ ਔਰ ਸਭ ਤੋਂ ਵੱਡੀ ਗੱਲ ਆ ਜਿਹੜਾ ਲਹੰਗੇ ਦਾ ਵਾ ਦੇਖੋ ਪੂਰੀ ਬੈਂਡ ਬਾਕਸ ਪਲੇਟਸ ਬੋਲਦੇ ਨੇ ਟੋਟਲੀ ਕਲੀਨ ਆਲਾ ਵਾਕ ਦੇਖੋ ਸਾਰਾ ਵਾਕ ਦੇਖੋ ਸਾਰਾ ਇੰਬੋਰਡ ਪੋਲਸ ਆਗੇ ਨੇ ਸਟੋਨ ਵਾਕ ਹੈਗਾ ਬਾ ਪ੍ਰੋਪਰ ਵਰਟੀਕਲ ਫਲੇਅਰ ਦਿਖਾਓ ਫੋਟੋਆਂ ਬੋਰਡ ਹਲੋ ਸੁਪਰਬ ਦੇਖੋ ਸੁਪਰਬ ਇਹਦਾ ਦੁਪੱਟਾ ਰੈਡੀ ਹੋ ਰਿਹਾ ਵਾ ਨੈਟ ਦਾ ਦੁਪੱਟਾ ਹੋਏਗਾ ਲਾਈਟ ਵੇਟ ਦੁਪੱਟਾ ਵਾ ਔਰ ਇਹ ਹੈਗਾ ਜੀ ਮੇਰਾ ਆਰਟੀਕਲ ਨੰਬਰ 12 12 ਨੰਬਰ ਆਰਟੀਕਲ ਔਰ 21360 ਰੁਪੀ 21360 ਦੀ ਰੇਂਜ ਹੋਏਗਾ ਜੀ ਆਰਟੀਕਲ ਨੰਬਰ ਮੇਰਾ ਹੋਏਗਾ 12 ਲੋ ਜੀ ਇਕ ਕੱਲ ਆ ਰਿਹਾ 3 ਪੀਸ ਦੀ ਯਾਨੀ ਕਿ ਸਕਰਟ ਤੇ ਉਪਰ ਬਲਾਊਜ਼ ਆਏਗਾ ਫਿਰ ਜੈਕਟ ਯਾਨੀ ਕਿ ਤੁਹਾਡੇ ਸਾਰੇ ਆਰਟੀਕਲ ਔਰ ਅਲਗ-ਅਲਗ ਹੋਣੇ ਚਾਹੀਦੇ ਨੇ ਸੁਪਰ ਟੂਪਰ ਹੋਣੇ ਚਾਹੀਦੇ ਨੇ ਆ ਦੇਖੋ ਇਹ ਪਿਓਰ ਚਨਾਉਂ ਦਾ ਫੈਬਰਿਕ ਆ ਇਹਦੇ ਉੱਪਰ ਐਮਬ੍ਰੋਇਡਰੀ ਕਿੰਨੀ ਪਿਆਰੀ ਆ ਦੇਖੋ ਸੁਪਰਬ ਐਮਬ੍ਰੋਇਡਰੀ ਆ ਆ ਲਹਿੰਗੇ ਦੀ ਲਹਿੰਗੇ ਦੀ ਬੈਲਟ ਤੇ ਵਰਕ ਕੀਤਾ ਹੋਇਆ ਵਾ ਫਿਰ ਇਸ ਤਰ੍ਹਾਂ ਬਲਾਊਜ਼ ਆ ਕਈ ਵਾਰ ਚੁਆਇਸ ਹੋਵੇ ਕਿ ਅੱਜ ਜੈਕਟ ਨਹੀਂ ਵੇਅਰ ਕਰਨੀ ਤਾਂ ਤੁਸੀਂ ਵਿਦਆਊਟ ਜੈਕਟ ਬਿੜੇ ਬੈਕਰੇ ਚੋਲੀ ਦੀ ਇਹਦੀ ਜੈਕਟ ਦੀ ਆ ਦੇਖੋ ਬੈਕ ਕਿ ਵਿਦਾਉਟ ਜੈਕਟ ਵੀ ਵੇਅਰ ਕਰ ਸਕੋ ਕਿ ਇਹ ਰਿਮੂਵੇਬਲ ਜੈਕਟ ਆ ਨੀਚੇ ਸਕਰਟ ਹੈਗੀ ਆ ਫਿਰ ਬਲਾ우스 ਹੈਗਾ ਵਾ ਫਿਰ ਜੈਕਟ ਹੈਗੀ ਜੀ 96 ਕਿਆ ਬਹਤ ਹੈ ਆਫਰ ਪ੍ਰਾਈਸ ਹੋਏਗਾ ਜੀ 9900 10 ਦੀ ਰੇਂਜ ਦੇ ਅੰਦਰ ਐਮਬ੍ਰੋਇਡਰੀ ਤੁਹਾਡੇ ਸਾਹਮਣੇ ਆ ਸਾਰਾ ਹੈਂਡ ਮਿਰਰ ਵਰਕ ਕੀਤਾ ਹੋਇਆ ਆ ਅ ਪਲੀਜ਼ ਜਿਨ੍ਹਾਂ ਨੇ ਹ ਤੱਕ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਤਾਂ ਪਲੀਜ਼ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਲੋ ਜੀ ਇਹ ਹੈਗਾ ਜੀ 베بی ਪਿੰਕ ਕਲਰ ਜੀ ਕਿਹਾ ਬਹੁਤ ਸਭ ਤੋਂ ਵੱਡੀ ਗੱਲ ਸਿਸਟਰ ਜੀ ਜੋ ਗਰਲਸ ਔਰ ਲੇਡੀਜ਼ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਫਲੇਅਰ ਦੀ ਸਭ ਤੋਂ ਵੱਡੀ ਗੱਲ ਹੁੰਦੀ ਐ ਕੋਈ ਆਪਸ਼ਨ ਹੁੰਦੀ ਆ ਕਿ ਭਈਆ ਲਹਿੰਗੇ ਦਾ ਫਲੇਅਰ ਕਿੰਨਾ ਵਾ ਜੋ ਤੁਹਾਡੇ ਮਾਈਂਡ ਚ ਹੁੰਦਾ ਵਾ ਇਹ ਤੁਹਾਡੇ ਸਾਹਮਣੇ ਆ ਜੀ ਸਾਰੀ ਦੇਖੋ ਪਲੇਟਸ ਦੇਖੋ ਇਸ ਨਾਲ ਭਈ ਇਹਨੇ 12 12 ਮੀਟਰ ਦਾ ਫਲੇਅਰ ਆ ਜਿਹਦਾ ਤੁਸੀਂ ਡਾਂਸ ਫਲੋਰ ਤੇ ਪਹੁੰਚੋਗੇ ਡਾਂਸ ਕਰੋਗੇ ਪੂਰਾ ਰਾਉਂਡ ਅਪ ਹੋਏਗਾ ਜੀ ਦਾ ਇਹਦਾ ਵੀ ਦੁਪੱਟਾ ਨੈਟ ਦਾ ਰੈਡੀ ਹੋ ਰਿਹਾ ਸਿੰਪਲ ਸੋਬਰ ਦੁਪੱਟਾ ਵਾ ਬਾਕੀ ਤੁਹਾਨੂੰ ਦੱਸਿਆ ਸੀਗਾ ਟੱਸਸ ਐਡ ਹੁੰਦੇ ਨੇ 525 ਤੋਂ 1050 ਜੀ ਉਹ ਲਹਿੰਗੇ ਦੀ ਅਕੋਰਡਿੰਗ ਹੁੰਦੇ ਨੇ ਉਹ ਤੁਹਾਨੂੰ ਦੱਸਾਂਗੇ ਜੀ ਰਸ਼ਮੀ ਗੋਇਲ ਜੀ ਸਿਸਟਰ ਉਹਦਾ ਮੈਂ ਦੱਸੂਗਾ ਪਹਿਲਾਂ ਤੁਹਾਨੂੰ ਜਦੋਂ ਵੀਡੀਓ ਸਮਾਪਤ ਹੋਏਗੀ ਤੁਸੀਂ ਦੁਬਾਰਾ ਰਿਪੀਟ ਕਰਕੇ ਵੀਡੀਓ ਦੇਖ ਸਕਦੇ ਹੋ ਉਹਦੇ ਪੈਸੇ ਰੇਂਜ ਜਿਹੜਾ ਬਲੂ ਵਾਲਾ ਉਹ ਰਸ਼ਮੀ ਜੀ 10000 ਦੀ ਰੇਂਜ ਹੈ ਜਗਾ ਜੀ ਹਲੋ ਇਹ ਹੈਗਾ ਜੀ 21360 ਰੁਪੀਸ ਓਨਲੀ ਫੋਰ ਹਲੋ ਮਿਨਾਲੀ ਜੀ ਤੁਸੀਂ ਅਗਰ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਤਾਂ ਪਲੀਜ਼ ਸ਼ੇਅਰ ਵਾਲਾ ਬਟਨ ਜੂੜ ਦਬਾਓ ਕਿਉਂਕਿ ਤੁਹਾਡਾ ਸ਼ੇਅਰ ਲਗ ਲਗ ਜਗ੍ਹਾ ਦੇ ਉੱਪਰ ਜਦੋਂ ਵੀਡੀਓ ਅਪਲੋਡ ਹੁੰਦੀ ਆ ਤੇ ਕਸਟਮਰ ਜਦੋਂ ਜੁੜਦੇ ਨੇ ਨਾਲ ਕੀਨੀયા ਤੋਂ ਆ ਰਹੇ ਨੇ ਕਸਟਮਰ ਨਿਊਯਾਰਕ ਤੋਂ ਬਹੁਤ ਕਸਟਮਰ ਆ ਰਹੇ ਨੇ ਸਿਰਫ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਨੇਪਾਲ ਤੋਂ ਵੀ ਦੋ ਤਿੰਨ ਕਸਟਮਰ ਨਵੇਂ ਐਡ ਹੋ ਚੁੱਕੇ ਨੇ ਜੀ ਆਹ ਲੋ ਇਹ ਹੈਗਾ ਜੀ ਰੂਬੀ ਵਾਈਨ ਕਲਰ ਸਿਸਟਰ ਰੂਬੀ ਵਾਈਨ ਕਲਰ ਦੇਖੋ ਫਲੇਅ ਦੇਖ ਲੈਂਗੇ ਤੁਸੀਂ ਡਬਲ ਟ੍ਰिपल ਕੈਨ ਕੈਨ ਐਡ ਹੈ ਗਿਆ ਨੇ ਉਹ ਤੁਹਾਡੀ ਚੁਆਇਸ ਅਗਰ ਕੈਨ ਕੈਨ ਨੂੰ ਰਿਮੂਵ ਚਾਹਣੇ ਹੋ ਕਰਨਾ ਤਾਂ ਰਿਮੂਵ ਵੀ ਕਰ ਸਕਦੇ ਹੋ ਆ ਲੋ ਆ ਹੈਗਾ ਸੀ ਦੁਪੱਟਾ ਸਿੰਪਲ ਸੋਬਰ ਇਸ ਤਰ੍ਹਾਂ ਹੈਂਡਵਰਕ ਦੀ ਪੂਰੀ ਵਾਕ ਦੀ ਲੇਸ ਹੋਏਗੀ ਇਸੋ ਬਰੇਆਵਾ ਆ ਲੋ ਸੁਪਰ ਡੂਪਰ ਹੋਣ ਵਾਲਾ ਵਾਕ ਹੈਗਾ ਵਾ ਲੁੱਕ ਸੋ ਐਲੀਗੈਂਟ ਜੀ 24920 ਰੁਪੀਜ਼ ਓਨਲੀ ਫੋਰ ਥਿਸ ਇਜ਼ ਅ ਬਿਊਟੀਫੁਲ ਆਰਟੀਕਲ जिन्ने ਵੀ ਆਰਟੀਕਲ ਦਿਖਾਏ ਨੇ ਸਾਰੇ 60 ਗ੍ਰਾਮ ਪਿਓਰ ਜੁੜ ਸਾਨੇ ਦੀ ਕੰਪਰਮਾਈਜ਼ ਕੋਈ ਨਹੀਂ ਫੈਬਰਿਕ ਨਾ ਜੀ ਪਿਓਰ ਫੋਬ ਫੈਬਰਿਕ ਬਹੁਤ ਵੇਚੀਦਾ ਵਾ ਸੋ ਸੋਡ ਆਊਟ ਕਰੀਦਾ ਕਿਉਂਕਿ ਐਕਚੁਅਲੀ ਮਾਰਕੀਟ ਦੇ ਅੰਦਰ ਗੱਲ ਕਰਾਂ ਤਾਂ ਬਹੁਤ ਕਾਪੀਜ਼ ਬਹੁਤ ਆndੀਆਂ ਨੇ ਸਾਡੇ ਲਹਿੰਗੇ ਦਾ ਪ੍ਰਾਈਸ ਹੁੰਦਾ ਅਗਰ 22 ਜਾਂ 23 ਮਾਰਕੀਟ ਚ 19 ਦੀ ਰੇਂਜ ਵੀ ਸੇਲ ਹੁੰਦੇ ਨੇ ਬਟ ਸਿਸਟਰ ਜੀ ਤੁਸੀਂ ਕੁਆਲਟੀ ਜਦੋਂ ਕੰਪਰਮਾਈਜ਼ ਨਹੀਂ ਅਸੀਂ ਕਰਦੇ ਨਾ ਤੁਸੀਂ ਦੇਖੋ 60 ਰਾਂ ਦਾ ਫੈਬਰਿਕ ਲਈਏ ਤਾਂ ਦੀ ਰੇਂਜ ਹੈ ਕੀ 800 ਰੁਪਏ ਪਰ ਮੀਟਰ ਅਗਰ ਅਸੀਂ ਉਹੀ ਆਰਟੀਕਲ ਵਿਸਕੋਸ ਜਾਂ ਜਰੁਰ ਲੈਣੇ ਸਹਿਮੀ ਤਾਂ 200 ਰੁਪਏ ਮੀਟਰ 600 ਰੁਪਏ ਮੀਟਰ ਦਾ ਫਰ ਪੈ ਗਿਆ ਅਗਰ ਸਾਡਾ ਫੈਬਰਿਕ ਜੇ ਅੰਬ੍ਰੋਇਡਰੀ ਸੇਮ ਹੋ ਸਕਦੀ ਆ ਬਰਟ ਜੇਕਰ ਤੁਹਾਡਾ ਸਾਡਾ ਫੈਬਰਿਕ ਦਾ ਫਰ ਪੈ ਗਿਆ 6000 ਦਾ ਉਹੀ ਡਿਫਰੈਂਸ ਹੋ ਜਾਂਦਾ ਵਾ ਪਿਓਰ ਤੇ ਸਿੰਥੈਟਿਕ ਦਾ ਆ ਦੇਖੋ ਵਾਕ ਸਾਰਾ ਥ्रेड ਵਾਕ ਆ ਸਸਟਾ ਜੀ ਲਹਿੰਗਾ ਵਾ ਉਹਦੇ ਉੱਪਰ ਬਲਾਊਜ਼ਰ ਫੇਡ ਜੈਕਟ ਹੈ ਕੀ ਆ ਦੇਖੋ ਸੇਮ ਫਰੰਟ ਬੈਕ ਆ ਇਹ ਵੀ ਜੋੜ ਦੇ ਅੰਦਰ ਹੈਗਾ ਜੀ ਓਹ ਕੀ ਬਾਤ ਹੈ 16 ਨੰਬਰ ਆਰਟੀਕਲ 23140 ਰੁਪਏ ਸਾਰੇ ਦੇ ਸਾਰੇ ਸਾਈਜ਼ਸ ਤੁਸੀਂ 42 ਤੱਕ ਰੈਡੀ ਕਰਵਾ ਸਕਦੇ ਹੋ ਸਿਸਟਰ ਜੀ ਸਭ ਨੂੰ ਰਿਕਵੈਸਟ ਆ ਪਲੀਜ਼ ਨਾਲ ਦੇ ਨਾਲ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰਾਂ ਦੇ ਉੱਪਰ ਸੈਂਡ ਕਰਦੇ ਰਹੋ ਕਿਉਂਕਿ ਕੱਲ ਬਹੁਤ ਕਸਟਮਰ ਦੇ ਨਾਰਾਜ਼ ਵੀ ਹੋਏ ਨੇ ਜਿਨ੍ਹਾਂ ਨੂੰ ਨਹੀਂ ਪੀਸ ਮਿਲ पाए ਕਿਉਂਕਿ ਮੈਂ ਹਰ ਵੀਡੀਓ 'ਚ ਪਹਿਲਾਂ ਕਹਿਣਾ ਹੁੰਨਾ ਕਿ ਪਲੀਜ਼ ਆਪਣਾ ਕੰਟੈਕਟ ਨਾਲ ਦੇ ਨਾਲ ਸਾਡਾ ਨੰਬਰ ਬਣਾਏ ਰੱਖੋ ਉਕੇ ਜਿਹੜੇ ਤੁਸੀਂ ਲਾਈਵ ਸੈਸ਼ਨ ਦੇਖ ਰਹੇ ਹੋ ਅਗਰ ਤੁਸੀਂ ਵੀਡੀਓ ਤੋਂ ਕਿਸ ਪਸੰਦ ਕਰਦੇ ਹੋ ਤੇ ਨਾਲ ਦੇ ਨਾਲ ਸਾਨੂੰ ਸ਼ੋਅ ਕਰਦੇ ਰਹੋ ਆ ਲੋ ਸਾਰਾ ਦਬਕੇ ਦਾ ਵਾਕ ਆ ਜੀ ਸਾਰਾ ਦੇਖੋ ਨੀਚੇ ਸਕਰਟ ਕਿੰਨੀ ਪਿਆਰੀ ਹੈ ਜੀ ਬਿਊਟੀਫੁਲ ਸਕਰਟ ਹੈਗੀ ਆ ਸੀਕਵੈਂਸ ਸਿਲੀ ਹੋਈ ਆ ਬੜੇ ਵੈਅ ਦਿਖਾਇਆ ਹੈ ਜੀ ਹੈਗੀ 8 ਉਹਨਾਂ ਬੈਟਰੀ ਪਈ ਆ ਪ੍ਰੋਪਰ ਦਿਖਾਓ ਬੈਗ ਦਿਖਾਓ ਦੁਪੱਟਾ ਵੀ ਸਮਾਰਟਨੈਸ ਬਹੁਤ ਬਣਿਆ ਹੋਇਆ ਵਾ ਅੱਛੇ ਬ੍ਰਾਂਡ ਦੇ ਪੀਸਿਸ ਹੋਣਗੇ ਜੀ ਅੱਛੇ ਪੀਸਿਸ ਹਾ ਲੋ ਜੀ ਆ ਦੇਖੋ ਦੁਪट्टे ਦੀ ਲੁੱਕ ਦੇਖੋ ਸਿਸਟਰ ਪਹਿਲਾਂ ਇਸ ਤਰ੍ਹਾਂ ਫਿਨਿਸ਼ਿੰਗ ਪਰ ਟੀ ਵੀ ਹੋਏਗੀ ਇਸ ਤਰ੍ਹਾਂ ਸਾਰਾ ਸੀਕਵੈਂਸ ਆਵਕ ਵੀ ਹੋਏਗਾ ਔਰ ਇਹਦਾ ਆਏਗਾ ਜੀ ਇਸ ਸਬ ਉਹ ਪੀਸਿਸ ਨੇ ਲੈਮਨ 골ਡ ਕਲਰ ਆ ਸਭ ਤੋਂ ਵੱਡੀ ਗੱਲ ਲੈਮਨ 골ਡ ਕਲਰ ਆ ਐਨਮੋਲਡ 골ਡ ਕਲਰ ਦੀ ਐਮਬ੍ਰੋਇਡਰੀ ਕੀਤੀ ਹੋਈ ਆ ਸਭ ਤੋਂ ਵੱਡੀ ਗੱਲ ਹੈ ਕਿ ਉਹ ਪੀਸੀ ਨੇ ਜਿਨ੍ਹਾਂ ਦੇ ਡਿਜ਼ਾਈਨਰ 75000 ਤੋਂ ਸਟਾਰਟਿੰਗ ਕਰਦੇ ਨੇ ਜੀ ਤੇ ਆਪਾਂ ਤੁਹਾਨੂੰ ਦਵਾਂਗੇ ਸੇਮ ਕਾਰੀਗਾਰਾ ਕੋ ਲੈ ਕੇ ਸੇਮ ਫਿਨਿਸ਼ਿੰਗ ਵਾਲੇ ਪੀਸਿਸ ਪਿਓਰ ਦੇ ਫੈਬਰਿਕ ਹੋਣਗੇ ਸਿਰਫ 37 ਦੀ ਰੇਂਜ ਚ ਇੱਕ ਆ ਦੇਖੋ ਜੀ ਸੂਰੀਆ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ ਅਮਨ ਪ੍ਰਵੇਸ਼ ਦੱਬਾ ਗਾਜ਼ੀ ਸਾਰਿਆਂ ਨੂੰ ਮੇਰੇ ਵੱਲੋਂ ਸਾਰੀ ਟੀਮ ਵੱਲੋਂ ਔਰ ਵਿਕਾਸ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਔਰ ਸਾਰਾ ਡਿਲੀਵਰੀ ਦਾ ਕੰਮ ਤੁਹਾਡੇ ਇਹ ਮੁੰਡਾ ਸੰਭਾਲਦਾ ਵਾ ਜਿੰਨੀ ਵੀ ਤੁਹਾਡੀ ਔਨਲਾਈਨ ਦੀ ਡਿਲੀਵਰੀ ਹੁੰਦੀ ਆ ਡੀ ਐਚ ਐਲ ਤੋਂ ਡੀ ਟੀ ਐਸ ਕੰਪਨੀ ਤੋਂ ਇਹ ਸਭ ਇਹਦੇ ਹੱਥ ਹੁੰਦਾ ਵਾ ਕਿ ਜਿੰਨੀ ਜਲਦੀ ਪਾਰਸਲ ਭੇਜਣਾ ਵਾ ਆਹ ਲਓ ਜੀ ਆ ਆਇਗਾ ਜੀ ਨੀਚੇ ਲਹਿੰਗਾ ਬਨਿਆ ਹੋਇਆ ਵਾ ਉਹਦੇ ਬਾਰਡਰ ਤੇ ਵਾਕ ਹੋਏਗਾ ਇਸ ਤਰ੍ਹਾਂ 슬 ਅੰਬ੍ਰੋਡਰੀਆ 슬ੀਵਸ ਤੇ ਸਾਰਾ ਕੜਦਾਣੇ ਦਾ ਵਰਕ ਹੈਗਾ ਵਾ ਪੂਰੀ ਹੈਂਡ ਵਰਕ ਵਾਲੀ ਚੋਲੀ ਹੋਏਗੀ ਸਿਸਟਰ ਜੀ ਪੂਰੀ ਹੈਂਡ ਵਰਕ ਵਾਲੀ ਜੀ। ਕਿਆ ਬਾਤ ਹੈ ਜੀ। ਦਿਸ ਇਜ਼ ਅ ਬਿਊਟੀਫੁੱਲ ਦੁਪੱਟਾ ਹਲਕਾ ਜਿਹਾ ਬਾਰਡਰ ਹੋਏਗਾ ਸਿਸਟਰ ਜੀ ਦੁਪੱਟੇ ਦੇ ਉੱਤੇ ਔਰ ਸਾਰਾ ਹੈਂਡ ਵਰਕ ਵਾਲਾ ਹਲਕੇ ਹਲਕੇ ਟਸਸ ਵੀ ਐਡ ਨੇ ਇਹ ਹੈਗਾ ਡਾਰਕ ਨੇਵੀ ਬਲੂ ਕਲਰ ਜੀ ਰੱਖੋ ਬੜੀ ਰੇਂਜ ਆਲੋ ਇਹ ਆਗਾ ਜੀ 19000 940 ਦੀ ਰੇਂਜ ਦੇ ਅੰਦਰ ਜੀ 19940 ਰੁਪੀਸ ਓਨਲੀ ਫੋਰ ਲੋ ਜੀ ਇਹ ਹੈਗਾ ਸੀ ਰਸਟ ਔਰੇਂਜ ਕਲਰ ਜੀ ਬਹੁਤ ਹੀ ਰੈਲਿਟੀ ਦੇ ਅੰਦਰ ਗੱਲ ਕਰਾਂ ਤਾਂ ਬਹੁਤ ਰੀਅਲ ਕਲਰ ਆਂਦਾ ਜੀ ਇਹ ਔਰੇਂਜ ਕਲਰ ਸਭ ਤੋਂ ਵੱਡੀ ਗੱਲ ਆ ਜਿਹੜਾ ਬਲਾਉਜ਼ ਬਣਿਆ ਹੋਇਆ ਵਾ ਕੁਝ ਅਲੱਗ ਕੁਝ ਸਮਾਰਟ ਕੁਝ ਡਿਫਰੈਂਟ ਆ ਦੇਖੋ ਜੀ ਇਹਦੀ ਸਕਰਟ ਦਾ ਡਿਜ਼ਾਈਨ ਦੇਖੋ ਕਿਆ ਬਾਤ ਹੈ ਸਾਰਾ ਜੁੜ ਦੇ ਉੱਪਰ ਸੀਕੁਐਂਸ ਹੈਗੀ ਆ ਥ੍ਰੈਡ ਵਾਕ ਕੀਤਾ ਹੋਇਆ ਵਾ ਔਰ ਆਏਗਾ ਬਿਊਟੀਫੁਲ ਜਿਹੜੇ ਅਫਗਾਨੀ ਸਲਵਾ ਆਪਣਾ 슬ੀਵਜ਼ ਆਂਦੀਆਂ ਨੇ ਉਸ ਤਰ੍ਹਾਂ ਕਿਸ ਤਰ੍ਹਾਂ ਮੋਰਾਂ ਉੱਪਰ ਬੰਦ ਹੋਣਗੀਆਂ ਫਿਰ ਫਲੇਅਰ ਹੋਏਗਾ ਦਾ ਔਰ ਆ ਦੇਖੋ ਜੀ ਇਹ 2 ਇਨ 1 3 ਇਨ 1 ਸੋਰੀ ਇਹ ਨੀਚੇ ਬਲਾਊਜ਼ ਹੈਗਾ ਵਾ ਅਗਰ ਤੁਸੀਂ ਦਾ ਦੇਖੋ 벨ਟ ਤੇ ਵਾਕ ਆ ਅਗਰ ਤੁਸੀਂ ਇਹ ਚੀਜ਼ ਨਹੀਂ ਵੇਅਰ ਕਰਨੀ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਰਿਮੂਵ ਕਰ ਸਕਦੇ ਹੋ ਲਹਿੰਗਾ ਚੋਲੀ ਨਹੀਂ ਤਾਂ ਉੱਪਰ ਇਸ ਤਰ੍ਹਾਂ ਕਿ ਤੁਹਾਡੀ ਚੋਲੀ ਦਾ ਵਾਕ ਵੀ ਨਜ਼ਰ ਆਏਗਾ ਇਸ ਤਰ੍ਹਾਂ ਆਏਗਾ ਦੇਖੋ ਜੀ ਕਿਆ ਬਾਤ ਹੈ ਕੁਝ ਅਲੱਗ ਆ ਸਿਸਟਰਾਂ ਕੀ ਦੁਪੱਟਾ ਵੀ ਨਾ ਵਾਲਾ ਸਿਸਟਰ ਜੀ ਦੁਪੱਟਾ ਵੀ ਹੈ ਜੈਸਮਿਨ ਕੌਰ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਿਸਟਰ ਜੀ ਸਤਿ ਸ਼੍ਰੀ ਅਕਾਲ ਚੈਰੀ ਹੁਜ਼ਾ ਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਹਾਲੋ ਇਹ ਆਇਆਗਾ ਜੀ ਬਹੁਤ ਪਿਆਰਾ ਦੁਪੱਟਾ ਵਾ ਬਹੁਤ ਪਿਆਰਾ ਦੁਪੱਟਾ ਦੇਖੋ ਸਿਸਟਰ ਜੀ ਕੁਝ ਅਲੱਗ ਚੀਜ਼ਾਂ ਨੇ ਕੁਝ ਸਮਾਰਟਨਸ ਵਾਲੀਆਂ ਚੀਜ਼ਾਂ ਨੇ ਜਿਵੇਂ ਤੁਸੀਂ ਹੋੜੇ ਚੁਆਇਸ ਰੱਖਦੇ ਹੋ ਕੁਝ ਅਲੱਗ ਆਰਟੀਕਲ ਦੀ 23140 ਰੁਪੀਆ ਓਨਲੀ ਹੋ 23140 ਬੜੇ ਕਿੰਨੇ ਪਿਸ ਨੇ लो जी सेकंड लास्ट पीस जी कलर ये दुपट्टा रेडी हो रहा लो जी ये अभी आएगा डबल फ्लेयर के अंदर जी येलो कलर बहुत प्यारा और ब्राइट कलर है जी प्रोपर पॉल दो सीकुंस के अंदर होएगा ब्लाउज बहुत अच्छा सिलया हो और इस तरह आएगा जी बॉर्डर वाला वॉक था क्या बात है जी बैक बहुत सोहनी है बैक के हुक्स बहुत सोहने है लगे हुए हैं यानी कि प्रोपर नीट लगे हुए हैं कोई एकदम सफाई वाले ਕਿ ਉਸ ਰਾਨੀ ਕੇ ਫੁੜਾ ਜਾਂ ਫਾਰਵਰਡ ਕਮ ਨਹੀਂ ਕਿਉਂਕਿ ਇਹ ਡਿਜ਼ਾਈਨਰ ਦੇ ਪੀਸ ਨੇ ਪ੍ਰੋਪਰਲੀ ਸਮਾਰਟਨਸ ਲਏ ਜਾਂਦੇ ਨੇ ਦੁਪੱਟਾ ਇਹਦਾ ਜਿਹਦੀ ਰੈਡੀ ਹੋ ਰਿਹਾ ਵਾ ਸਿਸਟਰ ਜੀ ਉਹਦੇ ਉੱਪਰ ਵੀ ਪ੍ਰੋਪਰ ਤੋ ਨੈਟ ਦੇ ਉੱਪਰ ਹਲਕੀ ਜੀ ਲੇਸ ਲੱਗੀ ਮਿਲੇਗੀ ਮਿਰਰ ਵਰਕ ਦੀ ਹਾਂ ਦੇਖੋ ਲੁੱਕ ਦੇਖੋ ਸਿਸਟਰ ਜੀ ਹਾਂ ਸਿਦੂ ਗੇਲ ਜੀ ਥੈਂਕ ਯੂ ਸੋ ਮੱਚ ਔਰ ਯੂਅਰ ਕਮੈਂਟ ਹਾਂ ਬੜੇ ਹਾਂ ਲੋ ਇਹ ਆਗਾ ਜੀ 18690 ਰੁਪੀਆਸ ਓਨਲੀ ਫੋਰ ਅ ਗਗਨ ਜੀ ਤੁਸੀਂ ਥੋੜਾ ਲੇਟ ਹੋ ਗਏ ਪਿੱਛੇ ਵਾਲੇ ਦਿਖਾਣਾ ਪਲੀਜ਼ दैट ब्लू ਕਲਰ ਵਾਈਨ ਕਲਰ ਤੁਸੀਂ ਥੋੜਾ ਲੇਟ ਹੋ ਸਾਡੇ ਫਸਟ ਨੰਬਰ ਆਰਟੀਕਲ ਤਾਂ ਹੋਈ ਸੀਗੇ ਕੋਈ ਗੱਲ ਲਾਸਟ ਮੈਂ ਤੁਹਾਨੂੰ ਫੇਰ ਦਿਖਾਵਾਂਗਾ ਚਾਹਲ ਜੀ ਸਾਰੇ ਦਿਨੇ ਵਿੱਚ ਦਿਖਾਇਆ ਸਾਰੇ 42 ਸਾਈਜ਼ ਵਾਲੇ ਦੀਦੀ ਪੀਸ ਸੀਗੇ ਆ ਦੇਖੋ ਜੀ ਲਾਸਟ ਆਰਟੀਕਲ ਆਹ ਲੋ ਜੀ ਇਹ ਆਇਆ ਜੀ ਲਾਸਟ ਆਰਟੀਕਲ ਮੋਵਿਸ਼ ਕਲਰ ਆਇਆ ਜੀ ਮੋਵਿਸ਼ ਕਲਰ ਮੋਫ ਲਾਈਲ ਮੋਵ ਕਰ ਹੁੰਦਾ ਹੁੰਦਾ ਵਾ ਜੀ ਉਹ ਵਾਲਾ ਕਲਰ ਆ ਇਸ ਤਰ੍ਹਾਂ نیچے ਸਾਰਾ ਸੀਕਵੈਂਸਲੀ ਹੋਈਆ ਥ੍ਰੈਡ ਵਰਕ ਹੋਏਗਾ ਔਰ نیچے ਕੈਨਕਨਾ ਬਲਾਊਸ ਦੀ ਬੈਕ ਬਹੁਤ ਸੋਣੀ ਹੈਗੀ ਆ ਅਗਰ ਜੀ ਤੁਸੀਂ ਕੋਈ ਵੀ ਜਾਣਨੇ ਹੋ ਸਿਸਟਰ ਜੀ ਬੈਕ ਕਵਰ ਕਰਨਾ ਤਾਂ ਬੈਕ ਨੂੰ ਅਸੀਂ ਕਵਰ ਕਰ ਸਕਦੇ ਹਾਂ ਸੇਮ ਫੈਬਰਿਕ ਕਰਕੇ ਨੈਟ ਲਗਾ ਕੇ ਜੀ ਆਹੋ ਜੀ ਇਹ ਆਇਗਾ ਜੀ ਦੁਪੱਟਾ ਪਿਓਰ ਚਨੌਨ ਸ਼ਿਫੋਨ ਦਾ ਕਮਲ ਹੋਏਗਾ ਦੁਪੱਟਾ ਜੀ ਔਰ ਇਸ ਤਰ੍ਹਾਂ ਸਾਰੀ ਬਾਰਡਰਿੰਗ ਹੈਗੀ ਆ ਬਹੁਤ ਪਿਆਰੀ ਹੈ ਦੀ ਸਾਰੀ ਥ੍ਰੈਡ ਦੀ ਬੂਟੀ ਹੋਏਗੀ ਆਹੋ 21 ਨੰਬਰ ਆਰਟੀਕਲ ਆ ਸਿਸਟਰ ਜੀ ਨੋਰ ਫੇਰ ਬਾਜੀ ਚਾਹਲ ਜੀ ਤੁਸੀਂ ਡੋਨਟ ਟੂ ਵਰੀ ਤੁਸੀਂ ਕੋਈ ਵੀ ਸਕਰੀਨਸ਼ਾਟ ਲੋ ਮੇਰੇ ਨੰਬਰ ਤੇ ਸੈਂਡ ਕਰੋ ਡੋਨਟ ਵਰੀ ਤੁਹਾਨੂੰ ਕੋਈ ਵੀ ਆਰਟੀਕਲ ਚਾਹੀਦਾ ਵਾ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਜਲਦੀ ਤੋਂ ਜਲਦੀ ਬਣਵਾ ਕੇ ਸੈਂਡ ਕਰ ਸਕਾਂ ਤਕਰੀਬਨ ਤੁਸੀਂ 15 ਦਿਨ ਤਾਂ ਲਗਾ ਕੇ ਚਲੋ ਚਾਹਲ ਜੀ ਇਸ ਤੋਂ ਕਰਦੇ ਨੇ ਕਿ ਉਹ ਥੋੜੇ ਸਾਈਜ਼ ਦਾ ਬਨੇਗਾ ਮੈਂ ਨਹੀਂ ਜਾਣਦਾ ਕਿ ਤੁਹਾਨੂੰ ਇਸ ਤਰ੍ਹਾਂ ਦੇ ਅਸੀਂ ਆਰਟੀਕਲ ਦੇ ਕੇ ਸਾਈਡਾਂ ਦੇ ਉੱਪਰ ਅਸੀਂ ਕੋਈ ਫੈਬਰਿਕ ਅਟੈਚ ਕਰੀਏ ਕਿਉਂਕਿ ਇਹ ਸਾਰੇ ਸਾਈਜ਼ ਜਿਹੜੇ ਕੰਫਰਟੇਬਲ ਬੰਦੇ ਨੇ ਫੋ ਬੰਦੇ ਨੇ 42 ਸਾਈਜ਼ ਤੱਕ ਜੀ ਲੋ ਗगन ਜੀ ਤੁਸੀਂ ਦੁਬਾਰਾ ਦੇਖੋ ਇਹ ਮੇਰੇ ਫਰਸਟ ਨੰਬਰ ਆਰਟੀਕਲ ਸੀਗਾ ਜਿਨ੍ਹਾਂ ਦਾ ਪ੍ਰਾਈਸ ਰੇਂਜ ਸੀਗਾ 10000 ਦੀ ਰੇਂਜ ਦੇ ਅੰਦਰ ਜੀ ਇੱਕ ਵਾਈਨ ਕਲਰ ਸੀਗਾ ਸਿਸਟਰ ਜੀ ਇੱਕ ਸੀਗਾ ਨੇਵੀ ਬਲੂ ਕਲਰ ਜੀ ਇਹ ਦੋਨਾਂ ਦਾ ਪ੍ਰਾਈਸ ਜਿਹੜਾ ਹੈਗਾ ਬੜੇ ਦੁਬਾਰਾ ਦਿਖਾ ਦੇ ਪ੍ਰਾਈਸ ਦੁਬਾਰਾ ਦਿਖਾ ਦੇਣਾ ਇਹ ਹੈਗਾ ਸਿਸਟਰ ਜੀ 10300 ਜੀ 10300 ਦੀ ਰੇਂਜ ਦੇ ਅੰਦਰ ਸੀਗਾ ਜੀ ਆਰਟੀਕਲ ਆ ਸਾਡੇ ਨੰਬਰ ਨੇ WhatsApp ਨੰਬਰ ਕਿਸੇ ਵੀ ਨੰਬਰ ਤੇ ਕੋਲ ਜਾਂ ਸਕਰੀਨਸ਼ਾਟ ਪੇਚ ਕੇ ਆਪਣੇ ਪਿਸਾਂ ਦੀ ਬੁਕਿੰਗ ਕਰ ਸਕਦੇ ਹੋ ਹਲੋ ਔਰ ਵਰਲਡ ਵਾਈਡ ਸ਼ਿਪਿੰਗ ਆਵਾਰਡਸ ਕਿਤੇ ਵੀ ਪੈਦ ਕੀ ਤੁਸੀਂ ਬੈਠ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਸ਼ੀਕਾਲ ਫਿਰ ਮਿਲਾਂਗੇ ਕੱਲ 8 ਵਜੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਸ਼ੀਕਾਲ ਤੇ ਫਤਿਹ ਬਰਵਾਨ ਕਰਨੀਆਂ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ